हेलो दोस्तों, की हाल चाल। उम्मीद है ठीक ठाक होंगे। दोस्तों आज वीडियो मैं बना रहा सीगा, ये थोड़ा अडल्ट वीडियो है, जिवें कि तुसी टाइटल पढ़ भी लिया है। तो मैं कहूँगा भी यार, जिहड़े शरीफ बंदे ने कृपा करके वीडियो तो दूर हो जाओ, फिर कहूँगे गंद वगदा। तो बाकी जिहड़े मेरे वर्गे शरीफ ने वो यार वीडियो दे नाल जुड़े रहो, आपां दो गल्लां करदे हां। दोस्तों अज यार मैं गल करनी सी, मान लो एक कुड़ी ते एक मुंडा आपस च मिलदे आ, दोनों एक दूसरे वाले अट्रैक्शन आंदा या चाहे फिजिकली होवे, ते होटल च जांदे या किते जांदे ने, कोई अगले अपने फिजिकल मूवमेंट इंजॉय करदे ने। कल नूं कुड़ी ते मुंडे दा कोई क्लेश पै जांदा या मुड़ के कुड़ी कहिंदी जी मेरा रेप हो गया, इस रेप बारे कौन गल करदा? जिहड़े इदां दे फॉल्स केसिस ने, ਤੁਸੀਂ ਕਿੰਨੇ ਵੂਮੈਨ ਸੈੱਲ ਹੋ ਗਏ ਜਾਂ ਮਹਿਲਾ ਪ੍ਰੈਜ਼ੀਡੈਂਟ ਹੋ ਗਈ ਜਿਨ੍ਹਾਂ ਨੂੰ ਦੇਖਿਆ ਵੀ ਇਹੋ ਜਿਹੇ ਫਾਲਸ ਕੇਸਿਸ ਬਾਰੇ ਗੱਲ ਕਰਦੀਆਂ ਹੋਣ? ਤੇ ਅੱਜ ਮੈਂ ਇਹਨਾਂ ਬਾਰੇ ਗੱਲ ਕਰਨੀ ਚਾਹੁੰਦਾ ਹਾਂ ਕਿ ਜਦੋਂ ਫਿਜ਼ੀਕਲ ਰਿਲੇਸ਼ਨ ਬਣਾਉਂਦੇ ਆ, ਮੁੰਡਾ ਅੱਤਿਆਚਾਰੀ ਹੋ ਜਾਂਦਾ, ਕੁੜੀ ਵਿਚਾਰੀ ਹੋ ਜਾਂਦੀ, ਇਹ ਕਿਵੇਂ ਹੁੰਦਾ? ਕੁੜੀ ਅਬਲਾ ਕਿਵੇਂ ਬਣ ਜਾਂਦੀ ਹੈ? ਜਦਕਿ ਮਜ਼ੇ ਦੋਨੋਂ ਹੀ ਲੈਂਦੇ ਨੇ। ਪਰ ਐਕਚੁਅਲ 'ਚ ਦੱਸਿਆ ਜਾਂਦਾ ਹੈ ਕਿ ਮੁੰਡਾ ਵੱਧ ਇੰਜੋਏ ਕਰਦਾ, ਕੁੜੀ ਘੱਟ ਕਰਦੀ ਹੈ। ਬਟ ਏਦਾਂ ਕੁਛ ਨਹੀਂ ਗਾ ਦੋਸਤੋ, ਇੰਜੋਏ ਵੱਧ ਕੁੜੀ ਹੀ ਕਰਦੀ ਹੈ। ਅੱਜ ਮੈਂ ਇਸ ਗੱਲ ਨੂੰ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਸੀਗਾ। ਹੁਣ ਸਪੋਜ਼ ਕਰੋ ਮੇਰੇ ਕੰਨ ਦੇ ਵਿੱਚ ਖਾਰਿਸ਼ ਹੋ ਰਹੀ ਹੈ, ਮੈਂ ਉਂਗਲ ਪਾਈ ਖਾਰਿਸ਼ ਕੀਤੀ, ਹੁਣ ਮਜ਼ਾ ਕਿਹਨੂੰ ਵੱਧ ਆ ਰਿਹਾ? ਆ ਜਿਹੜੇ ਮੇਰੇ ਕੰਨ ਨੂੰ ਮਜ਼ਾ ਆ ਰਿਹਾ ਕਿ ਮੇਰੇ ਉਂਗਲ ਨੂੰ ਵੱਧ ਮਜ਼ਾ ਆ ਰਿਹਾ? ਓਬਵੀਅਸ ਆ, ਮੇਰੇ ਕੰਨ 'ਚ ਖਾਰਿਸ਼ ਹੋ ਰਹੀ ਹੈ, ਮੇਰੇ ਕੰਨ ਨੂੰ ਨਹੀਂ ਮਜ਼ਾ ਆ ਰਿਹਾ, ਉਂਗਲ ਨੂੰ ਕੋਈ ਮਜ਼ਾ ਨਹੀਂ ਆ ਰਿਹਾ ਹੈਗਾ। ਤੇ ਹੁਣ ਕੁੜੀ ਦਾ ਸੋਚ ਕੇ ਦੇਖੋ ਵੀ ਜਦੋਂ ਕੁੜੀ ਦੇ ਅੰਦਰ ਖੁਰਕ ਹੁੰਦੀ ਹੈ ਮੁੰਡੇ ਦਾ ਜਾਂਦਾ, ਤੇ ਵੱਧ ਮਜ਼ਾ ਕਿਹਨੂੰ ਆਉਂਦਾ ਹੋਊਗਾ? ਇਹ ਤਾਂ ਚਲੋ ਫਿਰ ਬਾਡੀ ਪਾਰਟ ਦੀ ਗੱਲ ਕਰਦੇ ਹਾਂ। ਹੁਣ ਮੈਨੂੰ ਇੱਕ ਗੱਲ ਦੱਸੋ, ਮਤਲਬ ਕਈ ਵਾਰ ਕੰਨ 'ਚ ਇੰਨੀ ਜ਼ਿਆਦਾ ਖਾਰਿਸ਼ ਹੁੰਦੀ ਹੈ ਜਿਵੇਂ ਕਿ ਆਪਾਂ ਨੂੰ ਆਹ ਮੇਰੀ ਚਾਬੀ ਆ, ਹੁਣ ਮੈਨੂੰ ਲੋੜ ਪੈਂਦੀ ਹੈ ਚਾਬੀ, ਕਿੰਨੇ ਕੁ ਬੰਦੇ ਨੇ ਟਰਾਈ ਕੀਤੀ ਚਾਬੀ? ਉਂਗਲ ਤਾਂ ਇੱਕ ਪਾਸੇ ਰਹਿ ਗਈ, ਬੰਦਾ ਚਾਬੀ ਕੰਨ 'ਚ ਪਾਈ ਜਾਂਦਾ, ਵਟ ਇਜ਼ ਦਿਸ? ਹੁਣ ਮਜ਼ਾ ਚਾਬੀ ਨੂੰ ਆ ਰਿਹਾ ਕਿ ਕੰਨ ਨੂੰ ਆ ਰਿਹਾ? ਹੁਣ ਤੁਸੀਂ ਨਾਲ ਆ ਜਿਹੜੀਆਂ ਫੋਟੋ ਆਹ ਨਾਲ ਜਿਹੜੀਆਂ ਫੋਟੋਜ਼ ਚੱਲਦੀਆਂ, ਤੁਸੀਂ ਇਹ ਦੇਖੋ ਇਹ ਕੀ ਚੀਜ਼ ਆ, ਸਮਝਾਓ ਮੈਨੂੰ ਕੋਈ ਬੰਦਾ, ਇਹਦਾ ਕੀ ਪਰਪਜ਼ ਹੈ? ਹਮੇਸ਼ਾ ਕਿਉਂ ਕਿਹਾ ਜਾਂਦਾ ਕਿ ਮੁੰਡਾ ਹੀ ਇੰਜੋਏ ਕਰਦਾ, ਕੁੜੀ ਇੰਜੋਏ ਨਹੀਂ ਕਰਦੀ ਹੈਗੀ? ਸੋ ਭਰਾ ਮੇਰਿਆ, ਮੇਰਾ ਸਿਰਫ ਕਹਿਣ ਦਾ ਇੰਨਾ ਕੁ ਮਕਸਦ ਸੀਗਾ, ਕੁੜੀ ਵੀ ਬਰਾਬਰ ਦਾ ਇੰਜੋਏ ਕਰਦੀ ਹੈਗੀ ਆ। ਤੇ ਗੱਲ ਇਹ ਆ ਵੀ ਕੱਲਾ ਮੁੰਡਾ ਹੀ ਗਲਤ ਨਹੀਂ ਹੁੰਦਾ ਹੈਗਾ, ਕੁੜੀਆਂ ਵੀ ਗਲਤ ਹੁੰਦੀਆਂ ਨੇ। ਦੂਜੇ ਪਾਸੇ ਵੱਲ ਵੀ ਥੋੜਾ ਧਿਆਨ ਮਾਰੋ, ਇਹ ਨਾ ਹੋਵੇ ਅੰਧਾ ਧੁੰਦ ਭੈਣ ਚੋ ਇਹ ਕਹੀ ਚਲੋ ਵੀ ਮੁੰਡਾ ਗਲਤ ਮੁੰਡਾ ਗਲਤ। ਜ਼ਰੂਰੀ ਨਹੀਂ ਹਰ ਜਗ੍ਹਾ ਮੁੰਡਾ ਹੀ ਗਲਤ ਹੁੰਦਾ, ਕੁੜੀਆਂ ਬਥੇਰੀਆਂ ਗਲਤ ਨੇ। ਸੋ ਦੋਸਤੋ ਮੇਰਾ ਸਿਰਫ ਇੰਨਾ ਕੁ ਕਹਿਣ ਦਾ ਹੈਗਾ ਵੀ ਆਪਣੀ ਸੋਚ ਨੂੰ ਬਦਲਣ ਦੀ ਸਾਨੂੰ ਲੋੜ ਹੈਗੀ ਹੈ। ਹਰ ਜਗ੍ਹਾ ਮੁੰਡਾ ਹੀ ਗਲਤ ਨਹੀਂ ਹੁੰਦਾ ਹੈਗਾ, ਕੁੜੀਆਂ ਵੀ ਗਲਤ ਹੁੰਦੀਆਂ ਨੇ। ਆ ਜਿੰਨੇ ਮੈਂ ਵੀਡੀਓ ਬਣਾ ਰਿਹਾ, ਮੇਰੇ ਯੂਟਿਊਬ ਚੈਨਲ ਬਣਾਉਣ ਦਾ ਮਕਸਦ ਹੀ ਇਹੀ ਹੈ। ਮੈਂ ਸਿਰਫ ਇੱਕੋ ਹੀ ਗੱਲ ਦੱਸਣਾ ਚਾਹੁੰਦਾ ਭਰਾਵਾ, ਇਹ ਜਿਹੜੇ ਕ੍ਰਿਮੀਨਲ ਦੇ ਵਿੱਚੋਂ ਨਾ ਜੈਂਡਰ ਨੂੰ ਪਹਿਲਾਂ ਬਾਹਰ ਕਰੋ, ਕ੍ਰਿਮੀਨਲ ਕੋਈ ਵੀ ਹੋ ਸਕਦਾ ਆ। ਜ਼ਰੂਰੀ ਨਹੀਂ ਗਾ ਵੀ ਸਿਰਫ ਮੁੰਡੇ ਹੀ ਕ੍ਰਿਮੀਨਲ ਹੁੰਦੇ ਨੇ, ਕੁੜੀਆਂ ਵੀ ਕ੍ਰਿਮੀਨਲ ਹੁੰਦੀਆਂ ਨੇ, ਕੁੜੀਆਂ ਦੇ ਵਿੱਚ ਵੀ ਸੈਕਸੁਅਲ ਡਿਜ਼ਾਇਰਸ ਹੁੰਦੀਆਂ ਨੇ, ਮੁੰਡਿਆਂ 'ਚ ਹੋ ਸਕਦਾ ਕਿਸੇ 'ਚ ਘੱਟ ਹੋਵੇ ਕਿਸੇ 'ਚ ਵੱਧ ਹੋਵੇ, ਇੱਦਾਂ ਕੁੜੀਆਂ ਦੇ ਵਿੱਚ ਵੀ ਹੈਗਾ ਆ। ਸਾਰਿਆਂ ਨੂੰ ਅਸੀਂ ਇੱਕ ਰੱਸੇ ਨਾਲ ਬੰਨਦੇ ਹਾਂ, ਜੋ ਕਿ ਬਿਲਕੁਲ ਗਲਤ ਹੈਗਾ। ਸੋ ਦੋਸਤੋ ਮੇਰਾ ਕਹਿਣਾ ਸਿਰਫ ਇੰਨਾ ਕਾ ਵੀ ਝੂਠੇ ਰੇਪ ਦੇ ਕੇਸ ਵੀ ਹੁੰਦੇ ਨੇ, ਕਿਰਪਾ ਕਰਕੇ ਇੱਧਰ ਵੀ ਧਿਆਨ ਮਾਰੋ। ਬਾਕੀ ਵੀਡੀਓ ਦੇਖਣ ਲਈ ਧੰਨਵਾਦ, ਸ਼ੁਕਰੀਆ।